ਇਹ ਜੋ ਵੀ ਇਹ ਘਰੋਂ ਗਿਆ ਕਿ ਸਵੇਰੋਂ, ਸਾਨੂੰ ਕੋਈ ਪਤਾ ਨਹੀਂ ਵੀ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਗਾ। ਤੂੰ ਥੋੜ੍ਹਾ ਜਿਹਾ ਬੇਖੌਫ ਜਿਹਾ ਰਹਿ ਵੀ 2-3 ਦਿਨ ਹੋ ਗਏ, ਵੱਧ ਨਹੀਂ। ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਪੈਟਰੋਲ ਪੰਪ ਦੇ, ਆਹ 1 ਤਰੀਕ ਤੋਂ ਹਟੇ ਹੁਣ ਇਹ। ਇੱਕ ਵਾਰਾ ਸੀ ਜੀ, ਕੁਆਰਾ ਹੀ ਹੈ ਜੀ, ਵਿਆਹ ਕਰਾਇਆ ਨਹੀਂ, ਵਿਆਹ ਨੂੰ ਮੁੰਡਿਆਂ ਨੇ ਇਹ। ਕਿੰਨੇ ਭੈਣ ਭਾਈ? ਇਹ ਜੀ 4 ਮੁੰਡੀਆਂ ਨੇ, ਮੇਰੇ 3 ਕਾਕੇ ਨੇ। ਇਹਦਾ ਸੁਭਾਅ ਕਿਸ ਤਰ੍ਹਾਂ ਸੀ ਜੀ? ਸੁਭਾਅ ਜੀ, ਸੁਭਾਅ ਤਾਂ ਜਮਾਂ ਹੀ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ, ਇਹਦਾ ਕਰੇ ਕੁੱਤੇ ਸੁੱਟ ਵੀ ਨਹੀਂ ਮਾਰੀ ਹੈਗੀ, ਹੋਰ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਕਿਸੇ ਥੱਪੜ ਨਹੀਂ ਮਾਰਦਾ ਸੀਗਾ। ਕੋਈ ਲੜਾਈ ਨੀ ਹੋਈ ਇਹਨਾਂ ਦੀ, ਕਦੇ ਇਹ ਲੜੇ ਨੀ, ਕਦੇ ਹੋਰ ਨੀ, ਕੋਈ ਗੱਲਬਾਤ ਨੀ ਹੈਗੀ ਇਹਨਾਂ ਦੀ। ਸੁਣਨ ਚ ਇਹ ਵੀ ਆਇਆ ਪਿੰਡ ਵਾਸੀ ਵੱਲੋਂ ਵੀ ਲੱਤ ਵੀ ਤੋੜੀ ਸੀ, ਕਿਸ ਕਾਰਨ ਤੋੜੀ ਸੀ? ਨਹੀਂ ਜੀ, ਇਹ ਗਲਤ ਹੈ। ਆਹ ਕੋਲ ਖੜੇ ਨੇ ਨਾ, ਸਾਰਾ ਪੁੱਛੋ, ਉਹਦਾ ਗੋਡਾ ਕਬੱਡੀ ਖੇਡਦੇ ਦਾ, ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਈਆਂ ਤੀਆਂ, ਟੁੱਟ ਗਈਆਂ ਤੀਆਂ, ਤੇ ਬਾਕੀ ਉਹਦਾ ਗੋਡਾ ਜਮੀ ਬੇਕਾਰ ਹੋ ਗਿਆ ਸੀਗਾ। ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਉਹਨੇ? ਪੰਪ ਤੇ ਹੋ ਗਏ 3-4 ਮਹੀਨੇ ਹੁਣ, ਸਾਡੇ ਤਾਂ 15 ਦਿਨ ਹੋ ਗਿਆ, ਤਰੀਕ ਦੇਖ ਲਓ ਕਿੰਨੀ ਆ, 10 ਦਿਨ ਹਟੇ ਹੋਏ, 3-4-5 ਦਿਨ ਹੋ ਗਏ। ਛੋਟਾ ਮੋਟਾ ਕੀ ਕਾਰਨ ਹੁੰਦਾ ਇੰਨੀ ਬੇਇੱਜ਼ਤੀ ਨਾਲ ਕਿਸੇ ਨੂੰ ਵੱਢਣਾ ਤਲਵਾਰਾਂ ਨਾਲ, ਕੀ ਕਾਰਨ ਹੁੰਦਾ ਇਹਦੇ? ਇਹਦਾ ਜੀ, ਇਹਨਾਂ ਪ੍ਰੇਮ ਸੰਬੰਧਾਂ ਨੇ, ਇਹਨਾਂ ਦੀ ਅਣਬਣ ਹੋ ਗਈ ਆਪਸ ਵਿੱਚ। ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ, ਜਨਵਰੀ ਜਾ ਕੇ ਮੁੱਕਰਗੀ, ਦਸੰਬਰ ਜਾ ਕੇ। ਹਾਂਜੀ, ਪਹਿਲਾਂ ਵੀ ਘਰ ਆਉਂਦੀ ਰਹੀ ਆ, 2 ਵਾਰੀ ਘਰ ਆ ਕੇ ਗਈ ਹੈਗੀ। ਤੇ ਅੱਜ ਏਡਾ ਬੜਾ ਕੰਮ ਕੀਤਾ, ਕਿੰਨੇ ਦਿਨ ਪਹਿਲਾਂ ਘਰੋਂ ਆ ਨਿਕਲੇ ਸੀ ਉਹ? ਕਦੇ ਨਹੀਂ ਜੀ, ਇੱਕ ਵਾਰ ਜੇ ਜਾਂਦਾ ਸੀਗਾ ਥੋੜਾ ਵਾਲੇ ਤੱਕ ਘਰ ਆ ਜਾਂਦਾ ਸੀਗਾ। ਸ਼ਾਮ ਨੂੰ ਕਿੰਨੇ ਵਜੇ ਗਿਆ ਸੀ? ਅੱਜ ਜੀ ਉਹ ਅੱਜ ਹੋ ਗਿਆ 5:45 ਵਜੇ ਗਿਆ, 5:45 ਵਜੇ ਸਮਰਾਲੇ ਨੂੰ ਗਿਆ, ਸਮਰਾਲੇ ਫਿਰ ਸਿੱਧਾ ਗਿਆ। ਦੇਖਿਆ ਹੱਥ 'ਚ ਕੀ ਸੀ ਉਹਦੇ? ਨਾ ਜੀ, ਹੱਥ 'ਚ ਕੁਲ ਘਰੋਂ ਕੁਛ ਨਹੀਂ ਲੈ ਕੇ ਗਿਆ। ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ? ਡੋਲ ਲੱਗੀ ਗਿਆ ਇਹ ਜੀ, ਗਲਤ ਕੀਤਾ ਮੈਂ। ਅਸੀਂ ਇਹ ਗਲਤ ਕੀਤਾ, ਇਹ ਐਂ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ, ਇਹ ਬਿਲਕੁਲ ਗਲਤ ਹੈ। ਸਾਡੇ ਬਾਬਾ ਜੀ ਨਹੀਂ ਕਹਿ ਰਹੇ, ਉਹ ਕਹਿੰਦੇ ਕਿਸੇ ਨੂੰ ਇਹ ਉਹ ਨਾ ਦਿਓ, ਦੰਦ ਨਾ ਦਿਓ, ਅਸੀਂ ਦੰਦ ਦੇਣ ਦੇ ਹੱਕਦਾਰ ਨਹੀਂ। ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ? ਸਜ਼ਾ ਤਾਂ ਭੁਗਤੂਗਾ ਹੀ, ਉਹਨਾਂ ਨੂੰ ਮਿਲੂਗੀ। ਇਹ ਜੀ ਉਹ ਵੀ ਇਹ ਘਰੋਂ ਗਿਆ ਕਿ ਸਵੇਰੋਂ, ਸਾਨੂੰ ਕੋਈ ਪਤਾ ਨਹੀਂ ਵੀ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਗਾ। ਤੂੰ ਥੋੜ੍ਹਾ ਜਿਹਾ ਬੇਖੌਫ ਜਿਹਾ ਰਹਿ ਵੀ 2-3 ਦਿਨ ਹੋ ਗਏ, ਵੱਧ ਨਹੀਂ। ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਪੈਟਰੋਲ ਪੰਪ ਦੇ, ਆਹ 1 ਤਰੀਕ ਤੋਂ ਹਟੇ ਹੁਣ ਇਹ। ਇੱਕ ਵਾਰਾ ਸੀ ਜੀ? ਕੁਆਰਾ ਹੀ ਹੈ ਜੀ, ਵਿਆਹ ਕਰਾਇਆ ਨਹੀਂ, ਵਿਆਹ ਨੂੰ ਮੁੰਡਿਆਂ ਨੇ ਇਹ। ਕਿੰਨੇ ਭੈਣ ਭਾਈ? ਇਹ ਜੀ 4 ਮੁੰਡੀਆਂ ਨੇ, ਮੇਰੇ 3 ਕਾਕੇ ਨੇ। ਇਹਦਾ ਸੁਭਾਅ ਕਿਸ ਤਰ੍ਹਾਂ ਸੀ ਜੀ? ਸੁਭਾਅ ਜੀ, ਸੁਭਾਅ ਤਾਂ ਜਮਾਂ ਹੀ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ, ਇਹਦਾ ਕਰੇ ਕੁੱਤੇ ਸੁੱਟ ਨਹੀਂ ਮਾਰੀ ਹੈਗੀ, ਹੋਰ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਕਿਸੇ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਹੁੰਦਾ ਕੁੜੀ ਨੂੰ ਵੱਢਣ ਦਾ? ਕੀ ਕੋਈ ਕਾਰਨ ਜੀ? ਇਹਨਾਂ ਦੇ ਪ੍ਰੇਮ ਸੰਬੰਧ ਸੀ। ਇਹਦਾ ਕੀ ਨਾਮ ਸੀਗਾ? ਬਲਜਿੰਦਰ ਕੌਰ ਜੀ। ਇਹ ਕਦੇ ਘਰੇ ਆਈ ਹੈ? ਤੁਹਾਨੂੰ ਪਤਾ ਸੀਗਾ? 2 ਵਾਰੀ ਘਰ ਆ ਕੇ ਗਈ ਹੈ ਇਹ, ਮੁੰਡਾ ਦੇਖਣ ਆਈ ਕਿਹੜਾ। ਹਾਂਜੀ, ਪ੍ਰੇਮ ਸੰਬੰਧ ਸੀ, ਮੁੰਡਾ 1.5 ਸਾਲ ਦਾ, ਉਹਦੇ ਦੇਖਣ ਆਈ ਹੈ, 2 ਸਾਲ ਦਾ ਹੋ ਗਿਆ ਉਹ। ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ? ਨਹੀਂ, ਕੋਈ ਲੜਾਈ ਨਹੀਂ ਹੋਈ ਇਹਨਾਂ ਦੀ, ਕਦੇ ਇਹ ਲੜੇ ਨਹੀਂ, ਕਦੇ ਹੋਰ ਨਹੀਂ, ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ। ਸੁਣਨ 'ਚ ਇਹ ਵੀ ਆਇਆ ਪਿੰਡ ਵਾਸੀ ਵੱਲੋਂ ਵੀ ਉਹਦੀ ਲੱਤ ਵੀ ਤੋੜ ਦਿੱਤੀ ਗਈ ਸੀ, ਕਿਸ ਕਾਰਨ ਤੋੜੀ ਗਈ? ਕੀ ਮੁੰਡੇ? ਨਹੀਂ ਜੀ, ਇਹ ਗਲਤ ਹੈ। ਆਹ ਕੋਲ ਖੜੇ ਨੇ ਨਾ, ਸਾਰਾ ਪੁੱਛੋ, ਉਹਦਾ ਗੋਡਾ ਕਬੱਡੀ ਖੇਡਦੇ ਦਾ, ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਈਆਂ ਤੀਆਂ, ਟੁੱਟ ਗਈਆਂ ਤੀਆਂ, ਤੇ ਬਾਕੀ ਉਹਦਾ ਗੋਡਾ ਜਮੀ ਬੇਕਾਰ ਹੋ ਗਿਆ ਸੀਗਾ। ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਉਹਨੇ? ਪੰਪ ਤੇ ਹੋ ਗਏ 3-4 ਮਹੀਨੇ ਹੁਣ, ਸਾਡੇ ਤਾਂ 15 ਦਿਨ ਹੋ ਗਿਆ, ਤਰੀਕ ਦੇਖ ਲਓ ਕਿੰਨੀ ਆ, 2 ਦਿਨ ਹਟੇ ਹੋਏ, 3-4-5 ਦਿਨ ਹੋ ਗਏ। ਛੋਟਾ ਮੋਟਾ ਕੀ ਕਾਰਨ ਹੁੰਦਾ ਇੰਨੀ ਬੇਇੱਜ਼ਤੀ ਨਾਲ ਕਿਸੇ ਨੂੰ ਵੱਢਣਾ ਤਲਵਾਰਾਂ ਨਾਲ, ਕੀ ਕਾਰਨ ਹੁੰਦਾ ਇਹਦੇ? ਇਹਦਾ ਜੀ, ਇਹਨਾਂ ਪ੍ਰੇਮ ਸੰਬੰਧਾਂ ਨੇ, ਇਹਨਾਂ ਦੀ ਅਣਬਣ ਹੋ ਗਈ ਆਪਸ ਵਿੱਚ। ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ, ਜਨਵਰੀ ਜਾ ਕੇ ਮੁੱਕਰਗੀ, ਦਸੰਬਰ ਜਾ ਕੇ। ਹਾਂਜੀ, ਪਹਿਲਾਂ ਵੀ ਘਰ ਆਉਂਦੀ ਰਹੀ ਆ, 2 ਵਾਰੀ ਘਰ ਆ ਕੇ ਗਈ ਹੈਗੀ। ਤੇ ਅੱਜ ਏਡਾ ਬੜਾ ਕੰਮ ਕੀਤਾ, ਕਿੰਨੇ ਦਿਨ ਪਹਿਲਾਂ ਘਰੋਂ ਆ ਨਿਕਲੇ ਸੀ ਉਹ? ਕਦੇ ਨਹੀਂ ਜੀ, ਇੱਕ ਵਾਰ ਜੇ ਜਾਂਦਾ ਸੀਗਾ ਥੋੜ੍ਹਾ ਵਾਲੇ ਤੱਕ ਘਰ ਆ ਜਾਂਦਾ ਸੀਗਾ। ਸ਼ਾਮ ਨੂੰ ਵਜੇ ਗਿਆ ਸੀ? ਅੱਜ ਜੀ ਉਹ ਅੱਜ ਹੋ ਗਿਆ 5:45 ਵਜੇ ਗਿਆ,
ਹੁਣ ਕਿਤੇ ਮੈਂ ਸਮਰਾਏ ਨੂੰ ਗਿਆ, ਸਮਰਾਏ ਫਿਰ ਸਿੱਧਾ ਗਿਆ, ਦੇਖਿਆ ਹੱਥ 'ਚ ਕੀ ਸੀ ਉਹਦੇ? ਨਾ ਜੀ ਹੱਥ 'ਚ ਕੋਈ, ਘਰੋਂ ਕੁਛ ਨਹੀਂ ਲੈ ਕੇ ਗਿਆ। ਜੋ ਉਹਨੇ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ? ਤੁਹਾਡੇ ਡੋਲ ਲੱਗੀ ਜਾਂਦੇ ਇਹ ਜੀ ਗਲਤ ਕੀਤਾ ਵਾ, ਅਸੀਂ ਇਹ ਗਲਤ ਕੀਤਾ। ਇਹ ਐਂ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ। ਸਾਡੇ ਬਾਬਾ ਜੀ ਨਹੀਂ ਕਹਿ ਰਹੇ, ਉਹ ਕਹਿੰਦੇ ਕਿਸੇ ਨੂੰ ਇਹ ਉਹ ਨਾ ਦਿਓ, ਦੰਦ ਨਾ ਦਿਓ, ਅਸੀਂ ਦੰਦ ਦੇਣ ਦੇ ਹੱਕਦਾਰ ਚਾਹੀਦੀ ਹੈ। ਸਜ਼ਾ ਤਾਂ ਭੁਗਤੂਗਾ ਹੀ, ਉਹਨਾਂ ਨੂੰ ਮਿਲੂਗੀ।